ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਪਹਿਲੇ ਕਨਫਰਮ ਕੀਤੇ ਕੇਸ ਨੂੰ ਪੂਰਾ 1 ਸਾਲ ਦਾ ਸਮਾਂ ਹੋ ਚੁੱਕਿਆ ਹੈ ਕੈਨੇਡਾ ਪਰ ਦੇ ਵਿੱਚ ਹੁਣ ਤੱਕ ਕਰੋਨਾ ਵਾਇਰਸ ਦੇ ਨਾਲ 751000 ਦੇ ਕਰੀਬ ਲੋਕ ਇਨਫੈਕਟ ਹੋ ਚੁੱਕੇ ਨੇ 670000 ਦੇ ਕਰੀਬ ਰਿਕਵਰੀਜ਼ ਵੀ ਕਰ ਲਿਆ ਗਿਆ ਹਨ ਇਸ ਦੇ ਨਾਲ ਹੀ 19180 ਦੇ ਕਰੀਬ ਡੈਥਸ ਰਿਪੋਰਟ ਹੋ ਚੁੱਕਿਆ ਹਨ ਜੇ ਨਜ਼ਰ ਮਾਰੀਏ ਪ੍ਰੋਵਿੰਸਸ ਦੇ ਆਕੜਿਆਂ ਤੇ ਤੇ ਲੰਬੇ ਸਮੇਂ ਤੋਂ ਕੈਨੇਡਾ ਪਰ ਦੇ ਸਭ ਤੋਂ ਜ਼ਿਆਦਾ ਕਰੋਨਾ ਵਾਇਰਸ ਕੇਸਸ ਕਿਊਬੈਕ ਦੇ ਵਿੱਚ ਦਰਜ ਕੀਤੇ ਜਾ ਰਹੇ ਸਨ ਪਰ ਹੁਣ ਕੈਨੇਡਾ ਪਰ ਦੇ ਸਭ ਤੋਂ ਜ਼ਿਆਦਾ ਕੋਵਿਡ-19 3 ਕੇਸਸ 온ਟਾਰੀਓ ਦੇ ਵਿੱਚ ਰਿਪੋਰਟ ਕੀਤੇ ਜਾ ਰਹੇ ਹਨ 온ਟਾਰੀਓ ਦੇ ਵਿੱਚ ਹੁਣ ਤੱਕ ਕੋਵਿਡ-19 ਦੇ ਨਾਲ 2,68,244 ਕੇਸਸ ਕਿਊਬੈਕ ਦੇ ਵਿੱਚ 2,55,457 ਅਲਬਰਟਾ ਦੇ ਵਿੱਚ 1,21,463 ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 63,484 ਕੇਸਸ ਦਰਜ ਕੀਤੇ ਗਏ ਹਨ